ने चीफ मिनिस्टर कंपनी कर रहे ने नाल ने ब्रह्मशंकर सिंपा जी। सिंपा जी कितना बड़ा टेस्ट है, एक साल दे जो कामकाज ने सरकार थे उन्हां ते वर्चुअली रेफरेंडम होने जा रहा है 10 मई नूं। लोग एक साल दे कार्यशैली नूं मानयोग मुख्यमंत्री भगवंत मान जी दी सरकार नूं उन्हां दी जिहड़ी सरकार ने एक साल जिहड़े प्रोमिस कीते ओह निभाए और सरकार दे उत्ते लोग बहुत विश्वास कर रहे उन्हूं अगे रखदे मुख रखदे आ जलंधर पार्लियामेंट सीट जिहड़ी आम आदमी पार्टी नूं आएगी। की संगरूर जिहड़ा लोक सभा बाई इलैक्शन सीगा उस तों की पार्टी ने कुछ सबक लिता है जिसनों इस इलैक्शन दे विच उन्हां गलतियां नूं रिपीट नहीं कर रही है आम आदमी पार्टी? देखो कोई उस वेले भी कोई इदां दे नहीं सीगा, कुछ मुद्दे उस वेले दे जो उत्थे जिहड़ा अनफॉर्चुनेटली घटना होई सी उस मुद्दे दा प्रभाव सीगा, हुण इदां दा कोई मुद्दा नहीं है और लोग सरकार दी कार्यशैली तों खुश है। मुख्यमंत्री दी कार्यशैली नितड़क ग्राउंड जीरो ते कम करन दा उहनां दा जिहड़ा तरीका आ ਇਹ ਕਿਸੇ ਮੁੱਖਮੰਤਰੀ ਚ ਅੱਜ ਤੱਕ ਨਹੀਂ ਮਿਲਿਆ। ਜੀ 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 ਅੱਜ ਤੱਕ ਕਿਸੇ ਮੁੱਖ ਮੰਤਰੀ ਚ ਗਰਾਊਂਡ ਜ਼ੀਰੋ ਤੇ ਕੰਮ ਕਰਨ ਦਾ ਮਾਦਾ ਨਹੀਂ ਸੀਗਾ ਜਿਹੜਾ ਮੁੱਖ ਮੰਤਰੀ ਹਰੇਕ ਜਗ੍ਹਾ ਤੇ ਜਾ ਕੇ ਕਰ ਰਿਹਾ, ਚਾਹੇ ਉਹ ਕਿਸਾਨਾਂ ਦੇ ਮਸਲੇ ਆ। 2019-20 ਦੇ ਵਿੱਚ ਪਏ ਮੁਆਵਜ਼ੇ 150 ਕਰੋੜ ਦੇ ਲੋਕਾਂ ਦੇ ਮਕਾਨ ਡੱਪੇ ਸੀ, ਉਹ ਮੁੱਖ ਮੰਤਰੀ ਜੀ ਨੇ ਦਿੱਤੇ, ਇਹਨਾਂ ਨੇ ਕਿਉਂ ਨਹੀਂ ਦਿੱਤੇ ਕਾਂਗਰਸੀਆਂ ਨੇ? ਇਹ ਇੱਕ ਵੱਡੇ ਮੁੱਦੇ ਆ ਜਿੱਥੇ ਲੋਕ ਅੱਜ ਵਿਸ਼ਵਾਸ ਕਰ ਰਹੇ ਆ। ਲਾਅ ਐਂਡ ਆਰਡਰ ਨੂੰ ਬੜਾ ਮੁੱਦਾ ਬਣਾ ਰਹੀ ਹੈ ਆਪੋਜੀਸ਼ਨ ਜੋ ਨੇ, ਵਿਪਕਸ਼ੀ ਪਾਰਟੀਆਂ ਲਾਅ ਐਂਡ ਆਰਡਰ ਨੂੰ ਲਗਾਤਾਰ ਟਾਰਗੇਟ ਕਰ ਰਹੇ ਨੇ ਸਰਕਾਰ ਨੂੰ। ਦੇਖੋ ਲਾਅ ਐਂਡ ਆਰਡਰ ਜਿਹੜਾ ਅਨਫੋਰਚੂਨੇਟਲੀ ਕਈ ਘਟਨਾਵਾਂ ਹੁੰਦੀਆਂ ਪਹਿਲਾਂ ਵੀ ਹੁੰਦੀਆਂ ਆਈਆਂ, ਲੇਕਿਨ ਅੱਜ ਤੁਸੀਂ ਜਿਹੜਾ ਰਾਸ਼ਟਰੀ ਜਿਹੜਾ ਲਾਅ ਐਂਡ ਆਰਡਰ ਦਾ ਹਿਸਾਬ ਰੱਖਦਾ ਬਿਊਰੋ ਉਹਦਾ ਅਗਰ ਦੇਖਿਓ ਅੱਜ ਪੰਜਾਬ ਜਿਹੜਾ ਬੈਸਟ ਦੂਜੇ ਨੰਬਰ ਤੇ ਆ ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ। ਦਲ ਬਦਲੀ ਦਾ ਜਿਹੜਾ ਸਿਸਟਮ ਹੈ ਇਲੈਕਸ਼ਨ ਤੋਂ ਪਹਿਲੇ ਤੁਹਾਡੇ ਆਪਦੇ ਕੈਂਡੀਡੇਟ ਨੇ ਸੁਸ਼ੀਲ ਰਿੰਕੂ ਉਹ ਕਾਂਗਰਸ ਛੱਡ ਕੇ ਆਏ ਨੇ, ਮਹਿੰਦਰ ਭਗਤ ਬੀਜੇਪੀ ਤੋਂ ਤੁਹਾਡੇ ਵਿੱਚ ਆ ਗਏ ਨੇ, ਸੁਰਿੰਦਰ ਚੌਧਰੀ ਉਹ ਵਾਪਿਸ ਚਲੇ ਗਏ ਨੇ, ਇਹ ਕਿਉਂ ਕਰਦੇ ਨੇ ਲੀਡਰਸ ਜੋ ਨੇ? ਦੇਖੋ ਗੱਲ ਪਤਾ ਕੀ ਹੈ, ਇੱਕ ਸਾਲ ਦੀ ਜਿਹੜੀ ਕਾਰਜਸ਼ਾਲੀ ਸੀ ਆਮ ਆਦਮੀ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਜੀ ਸੁਸ਼ੀਲ ਰਿੰਕੂ ਜੀ ਵੀ ਕਾਂਗਰਸ ਨੂੰ ਛੱਡ ਕੇ, ਕਿਉਂਕਿ ਉਹਨਾਂ ਨੇ ਬਤੌਰ ਐਮਸੀ ਉਹਨਾਂ ਨੇ ਕੀਤਾ ਕੰਮ, ਬਤੌਰ ਐਮਐਲਏ ਕੀਤਾ, ਉਹਨਾਂ ਦੇ ਪਰਿਵਾਰ ਨੇ ਬਤੌਰ ਐਮਸੀ ਕੰਮ ਕੀਤਾ, ਲੇਕਿਨ ਕੰਮ ਨਹੀਂ ਸੀ ਕਰ ਕਾਂਗਰਸ ਕਲਚਰ ਦੇ ਵਿੱਚ ਕਰਨ ਦਿੱਤਾ ਜਾਂਦਾ। ਉਹਨਾਂ ਨੇ ਮਹਿਸੂਸ ਕੀਤਾ ਵੀ ਮੈਨੂੰ ਇੱਥੇ ਇੱਕ ਬਹੁਤ ਬੈਟਰ ਅਪਰਚੁਨਿਟੀ ਹੈ ਕੰਮ ਕਰਨ ਦੀ, ਤਾਂ ਇਸ ਕਰਕੇ ਉਹ ਆਏ ਆ ਔਰ ਵੱਡੀ ਮਾਰਜਨ ਨਾਲ ਜਿੱਤ। ਆਮ ਆਦਮੀ ਪਾਰਟੀ ਜਾਣੀ ਜਾਂਦੀ ਹੈ ਜੀ, ਦੇਖ ਸਕਦੇ ਹੋ ਤੁਸੀਂ ਬ੍ਰਹਮ ਸ਼ੰਕਰ ਸਿੰਪਾ ਜੋ ਨੇ ਹੁਣ ਜਾ ਰਹੇ ਨੇ, ਨੋਮੀਨੇਸ਼ਨ ਜੋ ਹੈ ਸੁਸ਼ੀਲ ਕੁਮਾਰ ਰਿੰਕੂ ਉਹਨਾਂ ਵੱਲੋਂ ਜੋ ਹੈ ਫਾਈਲ ਕੀਤਾ ਜਾ ਰਿਹਾ ਹੈ ਫਿਲਹਾਲ ਜਲੰਧਰ ਐਡਮਿਨਿਸਟ੍ਰੇਟਿਵ ਕੰਪਲੈਕਸ ਦੇ ਵਿੱਚ, ਤੇ ਚੀਫ ਮਿਨਿਸਟਰ ਭਗਵੰਤ ਮਾਨ ਖੁਦ ਕੰਪਨੀ ਕਰ ਰਹੇ ਨੇ ਜੋ ਸੁਸ਼ੀਲ ਕੁਮਾਰ ਰਿੰਕੂ ਨੂੰ ਤਸਵੀਰਾਂ ਤੁਹਾਨੂੰ ਬਿਲਕੁਲ ਅੰਦਰ ਦੀਆਂ ਦਿਖਾ ਰਹੇ ਨੇ ਅਸੀਂ, ਜਿੱਥੇ ਹੁਣ ਬ੍ਰਹਮ ਸ਼ੰਕਰ ਸਿੰਪਾ ਜੋ ਕੈਬਨਿਟ ਮਿਨਿਸਟਰ ਨੇ ਉਹ ਜੋ ਨੇ ਉਹ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ ਕੰਪਨੀ ਕਰਨਗੇ ਅੰਦਰ, ਕਿਉਂਕਿ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਅਕੋਰਡਿੰਗ ਸਿਰਫ 5 ਵਿਅਕਤੀ ਜੋ ਨੇ ਉਹ ਅਲਾਊਡ ਹੁੰਦੇ ਨੇ ਕੈਂਡੀਡੇਟ, ਤੇ ਕੈਂਡੀਡੇਟ ਦੇ ਨਾਲ 4 ਹੋਰ ਸ਼ਖਸ ਜੋ ਨੇ ਉਹ ਜਾ ਸਕਦੇ ਨੇ ਨੋਮੀਨੇਸ਼ਨ ਦੇ ਵਕਤ ਜੋ ਹੈ ਰਿਟਰਨਿੰਗ ਆਫਿਸਰ ਦੇ ਕਮਰੇ ਦੇ ਵਿੱਚ, ਕਿਉਂਕਿ ਇਹ ਜੋ ਕਾਨੂੰਨ ਹੈ ਇਹ ਇਲੈਕਸ਼ਨ ਕਮਿਸ਼ਨ ਵੱਲੋਂ ਬਣਾਇਆ ਗਿਆ, ਕਿਉਂਕਿ ਪਹਿਲੇ ਜਦੋਂ ਨੋਮੀਨੇਸ਼ਨ ਭਰੇ ਜਾਂਦੇ ਸੀਗੇ ਤੇ ਬਿਤਹਾਸ਼ਾ ਰਸ਼ ਜੋ ਹੈ ਰਿਟਰਨਿੰਗ ਆਫਿਸਰ ਦੇ ਕਮਰਿਆਂ ਦੇ ਵਿੱਚ ਹੋ ਜਾਂਦਾ ਸੀ, ਜਿਸ ਤੋਂ ਬਾਅਦ ਇਹ ਕਾਨੂੰਨ ਜੋ ਹੈ ਬਣਾਇਆ ਗਿਆ ਕਿ 5 ਵਿਅਕਤੀ ਹੀ ਟੋਟਲ ਜੋ ਨੇ ਨੋਮੀਨੇਸ਼ਨ ਦੇ ਵਕਤ ਜੋ ਹੈ ਉਹ ਉਸ ਦੇ ਵਿੱਚ ਰਿਟਰਨਿੰਗ ਆਫਿਸਰ ਦੇ ਕਮਰੇ ਦੇ ਵਿੱਚ ਜਾਣਗੇ, ਤੇ ਫਿਲਹਾਲ ਚੀਫ ਮਿਨਿਸਟਰ ਤੇ ਨਾਲ ਸੁਸ਼ੀਲ ਰਿੰਕੂ ਤੇ ਨਾਲ ਬ੍ਰਹਮ ਸ਼ੰਕਰ ਸਿੰਪਾ ਤੇ ਇਹ ਤਮਾਮ ਲੋਕ ਜੋ ਨੇ ਇਹ ਗਏ ਨੇ ਰਿਟਰਨਿੰਗ ਆਫਿਸਰ ਦੇ ਆਫਿਸ ਦੇ ਵਿੱਚ, ਜਿੱਥੇ ਤਮਾਮ ਜੋ ਸੈੱਟ ਆਫ ਡਾਕੂਮੈਂਟਸ ਹੁੰਦਾ ਹੈ ਜੋ ਨੋਮੀਨੇਸ਼ਨ ਦੇ ਵਕਤ ਭਰਿਆ ਜਾਂਦਾ ਹੈ ਉਹ ਜੋ ਹੈ ਰਿਟਰਨਿੰਗ ਆਫਿਸਰ ਨੂੰ ਹੈਂਡ ਓਵਰ ਕਰਨਗੇ ਤੇ ਨੋਮੀਨੇਸ਼ਨ ਜੋ ਹੈ ਆਪਣਾ ਫਾਈਲ ਕਰਨਗੇ ਬਤੌਰ ਆਮ ਆਦਮੀ ਪਾਰਟੀ ਕੈਂਡੀਡੇਟ। ਤੇ ਇੱਕ ਰੋਡ ਸ਼ੋਅ ਜੋ ਹੈ ਉਹ ਕੱਢਿਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ, ਜਿਸ ਨੂੰ ਚੀਫ ਮਿਨਿਸਟਰ ਭਗਵੰਤ ਮਾਨ ਨੇ ਜੋ ਹੈ ਉਹ ਲੀਡ ਕੀਤਾ ਹੈ ਤੇ ਇੱਕ ਤਰੀਕੇ ਨਾਲ ਸ਼ੋਅ ਆਫ ਸਟਰੈਂਥ ਜੋ ਹੈ ਕਰਨ ਦੀ ਕੋਸ਼ਿਸ਼ ਜੋ ਹੈ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਹੈ। ਪਰ ਟੈਸਟ ਬਹੁਤ ਬੜਾ ਹੈ ਆਮ ਆਦਮੀ ਪਾਰਟੀ ਦਾ, ਕਿਉਂਕਿ ਇੱਕ ਸਾਲ ਦੇ ਕੰਮ ਕਾਜ ਤੇ ਇਹ ਜੋ ਹੈ ਫਤਵਾ ਜੋ ਹੈ ਜਲੰਧਰ ਦੀ ਜਨਤਾ ਦੇਵੇਗੀ 10 ਮਈ ਨੂੰ। ਦੇਖਣਾ ਹੈ ਕਿ ਜਲੰਧਰ ਦੀ ਜਨਤਾ ਆਮ ਆਦਮੀ ਪਾਰਟੀ ਸਰਕਾਰ ਨੂੰ ਇਸ ਰੈਫਰੈਂਡਮ ਦੇ ਵਿੱਚ ਫਤਵੇ ਦੇ ਵਿੱਚ ਪਾਸ ਕਰਦੀ ਹੈ ਜਾਂ ਨਹੀਂ। ਕੈਮਰਾ ਪਰਸਨ ਸੰਦੀਪ ਕਾਲਰਾ ਦੇ ਨਾਲ ਸਚਿਨ ਕੁਮਾਰ ਵੀ ਪਿਸਾਂਜਾ ਜਲੰਧਰ। ABP ਸੌਂਜਾ ਜੋਸ਼ ਜਜ਼ਬਾ ਜਨੂਨ।